ਸ਼ਰੀਫ ਖਾਨਦਾਨ ਦੇ ਖਿਲਾਫ ਐਵਨ ਫੀਲਡ ਰੈਫਰੈਂਸ ਦਾ ਫੈਸਲਾ ਕੱਲ ਸੁਣਾਇਆ ਵੇ ਸੀ। ਨਵਾਜ਼ ਸ਼ਰੀਫ ਦੀ ਫੈਸਲਾ ਮੌਖਰ ਕਰਾਵਣ ਕਿਤੇ ਵਕਲਾ ਨਾਲ ਮੁਸ਼ਾਵਰਾ ਦੇ ਬਾਅਦ ਦਰਖਾਸਤ ਦਾਇਰ। ਕੇਸ ਦਾ ਫੈਸਲਾ ਕਮਰਾ ਅਦਾਲਤ ਵਿੱਚ ਖੜੇ ਥੀ ਤੇ ਸੁਣਨ ਚਾਹਦਾ ਸਾਬਕ ਵਜ਼ੀਰ ਆਜ਼ਮ ਦਾ ਮੌਕਫ। ਇੱਕ ਮੁਲਜ਼ਮ ਕਿਵੇਂ ਕਹੀਂ ਕੋ ਡਿਕਟੇਟ ਕਰ ਸਕਦੇ? ਨਵਾਜ਼ ਸ਼ਰੀਫ ਦੀ ਦਰਖਾਸਤ ਤੋਂ ਮੁਤਾਲਿਕ ਸਵਾਲ ਤੇ ਬਿਲਾਵਲ ਭੁੱਟੋ ਦਾ ਜਵਾਬ। ਇਦਾਰਿਆਂ ਨੂੰ ਮਜ਼ਬੂਤ ਬਣਾਉਣ ਦਾ ਐਲਾਨ ਵੀ ਕਰ ਦਿੱਤਾ। ਨੂਨ ਲੀਗ ਇਲੈਕਸ਼ਨ 2018 ਦਾ ਮਨਸ਼ੂਰ ਪੇਸ਼ ਕਰ ਦਿੱਤਾ। ਦਿਆਮੀਰ ਬਾਦਸ਼ਾਹ ਤੇ ਦਾਸੂ ਡੈਮ ਦੀ ਤਾਮੀਰ ਮਨਸ਼ੂਰ ਦਾ ਹਿੱਸਾ। ਸ਼ਹਿਬਾਜ਼ ਸ਼ਰੀਫ ਦਾ ਰੋਜ਼ਗਾਰ ਸੰਘੇ ਸਨਅਤਾਂ ਕਾਇਮ ਕਰਨ ਤੇ ਪੂਰੇ ਮੁਲਕ ਵਿੱਚ ਹੈਲਥ ਕਾਰਡ ਜਾਰੀ ਕਰਨ ਦਾ ਵੀ ਐਲਾਨ। ਸਿਹਤ ਤੇ ਤਾਲੀਮ ਦੇ ਨਿਜ਼ਾਮ ਵਿੱਚ ਬਿਹਤਰੀ ਦਾ ਆਜ਼ਮ। ਲੀਗੀ ਸਦਰ ਦੀ ਮੁਖਾਲਫੀਨ ਤੇ ਗੋਲਾਬਾਰੀ।